एवन पंजाबी टीवी में आप सब का स्वागत है दिल के अर माया में बह गए हम बफा करके भी तन रह गए दिल के अर में ਬਹਿ ਗਏ ਬਿਲਕੁਲ ਜੀ ਬਿਲਕੁਲ ਇਹਨਾਂ ਦਿਨਾਂ ਵਿੱਚ ਖਾਸ ਕਰਕੇ ਅਜ ਸਬੀਰ ਹਦਾਈ ਭਾਜਪੀ ਦੇ ਮਤਲਬ ਪਾਲੇ ਦੇ ਵਿੱਚ ਕੋਈ ਜ਼ਿਆਦਾ ਖੁਸ਼ੀ ਨਹੀਂ ਮਿਲੀ ਇਸ ਕਰਕੇ ਈਰਮਾਨ ਤਾਂ ਉਹਨਾਂ ਦੇ ਬਹੁਤ ਵੱਡੇ ਸੀ ਲੇਕਿਨ ਉਹ ਈਰਮਾਨ ਉਸੇ ਦੇ ਉਸੇ ਤਰ੍ਹਾਂ ਹੀ ਬਹਿ ਗਏ ਮੋਦੀ ਸਾਹਿਬ 2019 ਵਿੱਚ ਨਾ ਕਿਤੇ ਇਸ ਤਰ੍ਹਾਂ ਹੋਵੇ ਨਹੀਂ ਤੋ ਜਿਹੜੇ ਅੱਛੇ ਦਿਨਾਂ ਦਾ ਅਸੀਂ 5 ਸਾਲ ਤੱਕ ਇੰਤਜ਼ਾਰ ਕਰਦੇ ਰਹੇ ਕਿਤੇ ਉਹ ਉਲਟਾ ਇਹ ਨਾ ਪੈ ਜਵੇ ਲੇਕਿਨ ਲੇਕਿਨ ਕਹਿੰਦੇ ਹੁੰਦੇ ਆ ਕਿ ਆਸ ਦੇ ਵਿੱਚ ਹੀ ਸਾਰਾ ਕੁਝ ਹੈ ਆਸ ਨਹੀਂ ਛੱਡਣੀ ਚਾਹੀਦੀ ਵਿਰੋਧੀ ਤਾਂ ਕੀ ਹੈ ਵਿਰੋਧੀ ਤਾਂ ਹਮੇਸ਼ਾ ਸ਼ਬਦੀ ਹਮਲੇ ਕਰਦੇ ਹੀ ਰਹਿੰਦੇ ਨੇ ਔਰ ਵੈਸੇ ਵੈਸੇ ਮੋਦੀ ਸਾਹਿਬ ਇੱਕ ਗੱਲ ਕਹਾ ਕਿ ਲੋਕਾਂ ਨੇ ਬੜੇ ਮਤਲਬ ਇੰਤਜ਼ਾਰ ਕੀਤੇ ਕਿ ਕਦੋਂ ਅਕਾਊਂਟ ਵਿੱਚ ਪੈਸੇ ਆਉਣਗੇ ਕਦੋਂ ਅੱਛੇ ਦਿਨ ਆਉਣਗੇ ਔਰ ਕੀ ਕੀ ਵਾਅਦੇ ਕੀਤੇ ਲੇਕਿਨ ਅਜੇ ਤੱਕ ਉਹਨਾਂ ਵਾਅਦਿਆਂ ਦੇ ਵਿੱਚੋਂ ਕੋਈ ਵੀ ਵਾਦਾ ਹੋਵੇ ਜਿਹੜਾ ਸਿਰੇ ਚੜਿਆ ਹੈ ਵੈਸੇ ਇੱਕ ਕੰਮ ਤੁਸੀਂ ਬਹੁਤ ਵਧੀਆ ਕੀਤਾ ਕਿ 2019 ਤੋਂ ਪਹਿਲਾਂ ਰਾਮ ਜਨਮ ਭੂਮੀ ਮੈਂ ਯਾਨੀ ਕਿ ਅਯੁੱਧਿਆ ਦਾ ਜਿਹੜਾ ਮਸਲਾ ਹੈ ਉਹ ਜ਼ਰੂਰ ਇੱਕ ਵਾਰੀ ਫਿਰ ਉਬਾਰ ਦਿੱਤਾ ਲੇਕਿਨ ਲੇਕਿਨ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਨੇ ਇਹਨਾਂ ਭਾਵਨਾਵਾਂ ਨੂੰ ਮੁੱਖ ਰੱਖ ਕੇ ਹੀ ਅੱਜਕੱਲ ਗੁਲਾਮ ਨਵੀ ਅਜ਼ਾਦ ਸਾਹਿਬ ਕੁਝ ਅਲੱਗ ਹੀ ਕਹਿ ਰਹੇ ਨੇ ਸੁਣੋ ਉਹਨਾਂ ਨੇ ਕੀ ਕਿਹਾ बहुत अच्छा है भारतीय जनता पार्टी से लोग बड़े निराश हैं बड़ा निराश है हम इलेक्शनों में बोल रहे थे कि अब पहली बारी मध्य प्रदेश राजस्थान छत्तीसगढ़ उसके बाद दिल्ली की दिल्ली की सरकार जाएगी जो किसानों के साथ नौजवानों के साथ धोखा हुआ है और जो महिलाओं को सुरक्षा नहीं दे पाई है ये सरकार तो पूरे देश में निराशा है और ये निराशा अब नेशनल लेवल पे जब बीजेपी की सरकार जाएगी तभी निराशा खत्म होगी जो ट्रेंड्स हैं ये नतीजे में तब्दील ये बिल्कुल नतीजों में तब्दील हो जाएंगे बीजेपी की चोरियां करने के बावजूद भी अगर भारतीय जनता पार्टी चोरियां नहीं करती और सरकार का दुरुपयोग नहीं करती केंद्रीय सरकार का और राज्य सरकारों की मशीनरी का ਤੋ ਸ਼ਾਇਦ ਪਰਨਾਮ 99% ਕਾਂਗਰਸ ਕੇ ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ ਕੋਈ ਨਹੀਂ ਗੁਲਾਮ ਨਵੀ ਸਾਹਿਬ ਐਸਾ ਹੁੰਦਾ ਰਹਿੰਦਾ ਅੱਜ ਜਿੱਤਿਆ ਕੱਲ ਹਾਰਿਆ ਕੱਲ ਹਾਰਿਆ ਤੇ ਜ਼ਿੰਦਗੀ ਹੈ ਇਹ ਹੀ ਜ਼ਿੰਦਗੀ ਹੈ ਹਾਰ ਜਿੱਤ ਦਾ ਨਾਹੀ ਜ਼ਿੰਦਗੀ ਹੈ ਫੋਰ ਨਿਊ ਅਪਡੇਟਸ ਪਲੀਜ਼ ਸਬਸਕ੍ਰਾਈਬ A1 ਨਿਊਜ਼ ਐਂਡ ਕਲਿੱਕ ਦ ਬੈਲ ਆਈਕਨ